ਸਲਾਮ ਅਲੈਕਮ। ਸਭ ਤੋਂ ਪਹਿਲਾਂ ਤੁਸਾਂ ਕੀ ਸਾਰਿਆਂ ਮਾੜੇ ਭੈਣਾਂ ਭਰਾਵਾਂ ਕੀ ਇਹ ਰੋਜ਼ੇ ਨੇ ਮੁਬਾਰਕ, ਰਮਜ਼ਾਨ ਸ਼ਰੀਫ ਨੇ, ਅੱਲਾ ਖੈਰੀ ਨਾਲ ਗੁਜ਼ਾਰਾ। ਅਤੇ ਅਸਾਂ ਅੱਜ ਖਜੂਰ ਬਣਾਈ ਰਹੇ ਹਾਂ, ਖਜੂਰਾਂ ਨਾਲ, ਯਾਨੀ ਕਿ ਅਸਾਂ ਮੇਵੇ ਵਿੱਚ ਬਾਹ ਕੇ ਮਿਕਸ ਕਰੀ ਕੇ ਤਾਂ ਅਸਾਂ ਬਣਾ ਰਹੇ ਹਾਂ। ਕੁਝ ਅਸਾਂ ਸਾਬਤ ਰੱਖੀ ਹੈ ਖਜੂਰ, ਅਤੇ ਖਜੂਰ ਅਸਾਂ ਇਸ ਤਰ੍ਹਾਂ ਨਾਲ ਕੱਟੀ ਹੈ ਕਿ ਪਹਿਲੇ ਇਸ ਕੀ ਅਸਾਂ ਰੀਕ ਕੱਢੀ ਹੈ, ਰੀਕ ਹੈ ਲਾਜ਼ਮੀ ਕੱਢੀ ਛੋੜੋ। ਇਸ ਕੀ ਅਸਾਂ ਨਿੱਕੀ ਨਿੱਕੀ ਕੱਟੀ ਹੈ, ਇਹ ਜਿਹੜੀ ਹੈ ਨਾ ਬਹੁਤ ਸਟਿੱਕੀ ਹੈ, ਕੇਅਰਫੁਲ ਹੋਈ ਕਿ ਜਿਹੜਾ ਨਾ ਯਾਨੀ ਕਿ ਬਣਾਉਣੀ ਪੈਣੀ ਹੈ ਮਸ਼ੀਨਾਂ 'ਚ। ਅਤੇ ਇੱਕ ਅਸਾਂ ਹਰਮਾਨੀ ਡਰਾਏ ਜਿਹੜੀਆਂ ਨਾ ਇਸ ਤਰ੍ਹਾਂ ਕੱਟੀਆਂ, ਉਹ ਤੁਸੀਂ ਦੱਸਣੇ ਆ ਕਿ ਅਸਾਂ ਕਿਸ ਤਰ੍ਹਾਂ ਕੱਟੀਆਂ ਹਨ। ਇਹ ਵੀ ਨਿੱਕੇ ਨਿੱਕੇ ਪੀਸ ਕਰੀਏ ਕੱਟੇ ਹਨ ਅਸਾਂ, ਇਹ ਵੀ ਅਸਾਂ ਵਿੱਚ ਬਾਸਾਂ ਗ੍ਰੈਂਡ ਕਰ ਸਾਂ। ਇਸਨੇ ਵਿੱਚ ਮੇਵੇ ਜਾਸਨ ਅਸਾਂ ਖੋੜ ਬਣਨ ਗਏ ਹਾਂ, ਬਦਾਮ ਬਣ ਰਹੇ ਹਾਂ, ਕੈਸ਼ੂ ਬਣ ਗਏ ਹਾਂ। ਉਸ ਤੋਂ ਬਾਅਦ ਅਸਾਂ ਤਿਲੀ ਹੈ, ਕਸਕਾਸ ਹੈ, ਅਤੇ ਖੋਪਾ ਗ੍ਰੈਂਡ ਹੋਏ ਆ, ਇਹ ਅਸਾਂ ਬਿਸਮਿਲਾ ਕਰਨੇ ਆ ਥੋੜ੍ਹੇ ਥੋੜ੍ਹੇ ਕਰੀ ਕੇ। ਅਤੇ ਪਹਿਲੇ ਜਿਹੜਾ ਨਾ ਇਹ ਜਿਹੜੇ ਮੇਵੇ ਨੇ ਅਸਾਂ ਇਹਨਾਂ ਕੋਲ ਗ੍ਰੈਂਡ ਕਰਨੇ ਆ। ਰੋਜ਼ਿਆਂ ਯਾਨੀ ਕਿ ਖੱਜੀ ਘੱਲੀ ਨਾ ਖਾਓ, ਇਹ ਵੀ ਨਾਲ ਜਿਹੜੇ ਨਾ ਮੇਵੇ ਤੁਸੀਂ ਖਾਸੋ ਤਾਕਤ ਦੇਣੇ, ਤਾਂ ਟਰਾਈ ਜ਼ਰੂਰ ਕਰਿਆ। ਤਾਂ ਨਾਲੇ ਜਿਹੜੀ ਹੈ ਨਾ ਖੱਜੀ ਨੇ ਜਿਹੜੀ ਹੈ ਕਿ ਆਪਣੇ ਨਾ ਮਿਠਿਆਸ ਮਿੱਠਾਪਣ ਉਹ ਜਿਹੜਾ ਥੋੜ੍ਹਾ ਘਟੀ ਜਾਣਾ, ਜਿਹੜਾ ਇਹ ਚੀਜ਼ਾਂ ਵਿੱਚ ਮਿਕਸ ਕਰੋ। ਪਹਿਲੇ ਅਸਾਂ ਮੇਵੇ ਗ੍ਰੈਂਡ ਕੀਤੇ, ਇਹ ਤਕਰੀਬਨ ਜਲਦੀ ਵੀ ਇੱਕ ਝਟਕੇ ਜੀ ਹੋਈ ਜਾਣੇ, ਥੋੜ੍ਹਾ ਜਿਹਾ ਇਹ ਮਸ਼ੀਨ ਚਲਾਓ ਤਾਂ ਹੋਈ ਜਾਣੇ। ਹੁਣ ਇਸਨੀ ਜਿਹੜੀ ਹੈ ਨਾ ਖੱਜੀ ਨਹੀਂ, ਇਸਨੇ ਵਿੱਚ ਅਸਾਂ ਥੋੜ੍ਹੇ ਥੋੜ੍ਹੇ ਬਾਸਾਂ ਖੱਜੀ, ਅਤੇ ਨਾਲ ਹੀ ਫਿਰ ਥੋੜ੍ਹਾ ਖੋਪਾ ਬਾਸਾਂ। ਅਤੇ ਖੋਪਾ ਬਣਨ ਮਤਲਬ ਇਹ ਹੈ ਜਿਹੜੀ ਇਸਨੀ ਮਤਲਬ ਹੈ ਬਹੁਤ ਜ਼ਿਆਦਾ ਚਿੰਬਲੀ ਜੀ ਹੈ ਨਾ, ਉਸ ਨਾਲ ਥੋੜ੍ਹਾ ਵੀ ਈਜ਼ੀ ਹੋ ਜਾ ਸੀ ਗ੍ਰੈਂਡ ਕਰਨੇ। ਥੋੜ੍ਹੀ ਜਿਹੀ ਅਸਾਂ ਤਿਲੀ ਬਣੇ ਆ, ਥੋੜ੍ਹੀ ਜਿਹੀ ਅਸਾਂ ਕਸਕਾਸ ਬਣੇ ਆ, ਥੋੜ੍ਹੀ ਜਿਹੀ ਖਰਮਾਨੀਆਂ ਬਣੇ ਆ। ਇਸ ਕੀ ਫਿਰ ਅਸਾਂ ਥੋੜ੍ਹਾ ਜਿਹਾ ਸ਼ੇਕ ਕਰਨੇ ਆ, ਬਿਸਮਿਲਾ ਕਰਨੇ ਆ, ਕਿਉਂਕਿ ਇਹ ਥੋੜ੍ਹਾ ਜਿਹਾ ਹਾਰਡ। ਅਸਾਂ ਗ੍ਰੈਂਡ ਕੀਤੀ ਹੈ ਪਰ ਪੂਰੀ ਤਰ੍ਹਾਂ ਜਿਹੜੀ ਹੈ ਨਾ ਖੱਜੀ ਇਹ ਬਹੁਤ ਸਟਿੱਕੀ ਜੀ ਹੈ, ਪੱਕੀ ਹੈ, ਯਾਨੀ ਕਿ ਚਿੰਬਲੀ ਹੈ। ਇਸ ਕੀ ਹੱਥਾਂ ਨਾਲ ਵੀ ਅਸਾਂ ਕਰੀ ਸਕਣੇ ਹਾਂ, ਕਰੀ ਸਕੋ। ਅਤੇ ਵਿੱਚ ਜਿਹੜੇ ਨਾ ਅਸਾਂ ਮੇਵੇ ਜਿਹੜੇ ਅਸਾਂ ਕੀਤੇ ਨੇ ਗ੍ਰੈਂਡ, ਉਹਨਾਂ 'ਚ ਮਿਕਸ ਕਰਨੇ ਆ, ਮਿਕਸ ਕਰੀ ਕੇ ਯਾਨੀ ਕਿ ਜਿਹੜੀਆਂ ਰਿਹੜੀਆਂ ਚੀਜ਼ਾਂ ਅਸਾਂ ਉਹ ਵੀ ਬਣੇ ਆ। ਪਰ ਇਹ ਮਸ਼ੀਨਾਂ ਜਿਹੜਾ ਬਸ ਉਹ ਤੁਸਾਂ ਬੀ ਕੇਅਰਫੁਲ ਕਿ ਬਲੇਡ ਜਿਹੜੇ ਨਾ ਜ਼ਰਾ ਇੱਕ ਖਰਾਬ ਹੋਣੇ ਨਾ ਖਤਰਾ ਹੋਣਾ ਹੋਵੇ। ਤਾਂ ਇਹ ਹੀ ਹੈ ਜੀ, ਜੇ ਫੁੱਲ ਪੱਕੀ ਤੁਸੀਂ ਖੱਜੀ ਯੂਜ਼ ਕਰ ਸੋ ਤਾਂ ਫਿਰ ਤੁਸੀਂ ਜ਼ਰੂਰਤ ਵੀ ਕੋਈ ਨਹੀਂ ਗ੍ਰਹਿਣ ਕਰਨੇ ਨਹੀਂ ਵੀ। ਨਾਲ ਹੀ ਅਸਾਂ ਹਰਮਾਨੀਆਂ ਵੀ ਬਾਹਣੇ ਆ, ਇਹਨਾਂ ਕਿ ਅਸਾਂ ਮਿਕਸ ਕਰਨੇ ਆ ਇਸੇ ਤਰ੍ਹਾਂ ਨਾਲ, ਫਿਰ ਤੁਸੀਂ ਮਿਲਦੇ ਹਾਂ ਅੱਗੇ। ਅਸਾਂ ਮਿਕਸ ਕੀਤੀ ਹੈ, ਮਿਕਸ ਕਰੀ ਕੇ ਫਿਰ ਅਸਾਂ ਇਸ ਤਰ੍ਹਾਂ ਨਾਲ ਗੋਲੀਆਂ ਬਣਾਈਆਂ ਹਨ, ਇਹਨਾਂ ਕਿ ਅਸਾਂ ਚੈੜਾ ਕਰਨੇ ਆ ਹੱਥਾਂ ਨਾਲ। ਗੋਡਾ ਵੀ ਤੁਸੀਂ ਕਰੀ ਸਕਣੇ ਹੋ ਪਰ ਹੱਥਾਂ ਨਾਲ ਵੀ ਹੋ ਸਕਣਾ ਵੈ। ਅਸਾਂ ਇਸ ਕੀ ਉਹ ਕਰਨੇ ਆ ਕੋਕੋਨਟ ਇੱਕ ਹੀ ਲਾਉਣੇ ਆ। ਇਸ ਤੋਂ ਬਾਅਦ ਜਿਹੜਾ ਤੁਸੀਂ ਗੋਲੇ ਵੀ ਬਣਾਈ ਸਕਣੇ, ਯਾਨੀ ਕਿ ਨਿੱਕੀਆਂ ਨਿੱਕੀਆਂ ਗੋਲੀਆਂ ਬਣਾਈ ਸਕਣੇ ਹੋ। ਅਤੇ ਜੇ ਉਹ ਤੁਸੀਂ ਕਿ ਤਰੀਕਾ ਪਸੰਦ ਨਹੀਂ ਤਾਂ ਹੋਰ ਡਿਫਰੈਂਟ ਵੀ ਤਰੀਕੇ ਐਨ ਕਰੀ ਸਕਦੇ ਹੋ। ਅੱਛਾ, ਅਸਾਂ ਹੁਣ ਇਸ ਕੀ ਕੱਟਣੇ ਆ। ਬਿਸਮਿਲ੍ਲਾ, ਕੱਟੀ ਕੇ ਇਸ ਨੇ ਡਿਫਰੈਂਟ ਸ਼ੇਪ ਬਣਾਈ ਸਕਦੇ ਹਾਂ। ਬਿਸਮਿਲ੍ਲਾ,
कोकोनट जेड़ा ना असां हाली लाया वै, अगर तुसां चाहने हो यानी कि फ्लेवरिंग और ज़्यादा करां ते फिर इस तरह कसकास लाई सकने हो। कसकास लाई के इस तरह नाल रखने जाने हो। इस तरह नाल कोकोनट लगे आवै ते असां हुण लाने हैं तिली लाने हैं, यानी कि इत्थों असां डिफरेंट डिफरेंट फ्लेवरिंग करी सकने हैं। ईजी है, मुश्किल काम को नहीं। रोज़ा जिला रखे वै डिफरेंट डिफरेंट चीज़ा वै, इसने असां हुण गोल राउंड भी बनाई सकने हैं शेप। इसकी असां तिली लाने हैं, तिली लाइक है असां अगर चाहने हैं कि दोए चीज़ा न ते कसकास भी लाई किन्ने हैं। इस तरह ना असां शेप बनाई के ना फिर तुसें मिलने हैं। वीडियो असां बहुत लम्मी नहीं की थी, असां है तुसां जेड़ी जेड़ी गल असां दसने हैं तुसां अंडरस्टैंड होई जाने हो। ते मैं मिक्स किते से सारे जेड़े मेवे न करी के फिर मैं शेप बनाइया डिफरेंट डिफरेंट। ते हुण रही गई असां खजी, खजी च जेड़े ना असां हड़ीक कढ़ी छोड़ी है। ते तुसां कि पहले भी असां दस्सिया सी हड़ीक किस तरह कढ़ी लाना। असां खोड़ बाने आ ते बदाम बाने, बदाम बाई के इसकी खजी की असं बंद करने आ, यानी कि ये इस तरह नाल भी तुसा खाओ ना तो इसकी जी मिठास है ना कटी जानी है। ते ये अगर भी मैं बनाई है वीडियो दोबारा तुसा की दसन लगी हाँ कि ये जड़ियाँ चीज़ा कली जे नहीं खजी खान होनी तो इस तरह जरूर करो। खोड़ बाया, बदाम बाया वै बाई के ते आपू बंद करी छोड़ो, फिर मैं तुसा की कट्टी के भी दसनी हाँ लेटर ऑन। पहले मैं सारे बाहनी हाँ, यानी कि फिर ये किस तरह ना लगनी है। असा हम इस कले खोड़ पाए, थोड़ी जी मेहनत करो ते मेहनत ना बड़ा सोहना फल बनावे। ते ये जड़ी मैं बनाए ना इस तरह ना खजी नहीं हाँ, यानी कि बाहन क्या आखने कोकोनट बाया वै, तिली बाई है ते कसकास बाई है। इस शेपा तक मैं बनाई मेवे जो सही तरीके मिक्स किए हैं, जो बिच बाए न खोड़ तो बदाम बाए न केशु बाए न डिफरेंट डिफरेंट जरा ना तरीके ना मैं बनाई। तो प्लेटा है जी ना वो मैं फिर तुम कि दसन लगी हाँ कि गोल भी बनाई, यानी कि डिफरेंट डिफरेंट कीतियां तुम प्लेटा तकी सकने हो। वेरी नाइस, अपनी चॉइस है भाई। इस तरह नाल थोड़ा जहा खुश हो के बच्चे भी खाई किन्ने बड़े भी खाई किन्ने। स्पेशली असा सर्दी ने मुल्खे च रहने यानी कि सर्द मुल्खे च रहने हैं, ये चीज़ा जड़िया ना रोज़ा रखियै ते शामी असा रोज़ा खोला ते ये खां तो वेरी नाइस हैं, सेहत वास्तव भी चंगी। ट्राई जरूर करे है। मैं हूँ जड़िया एक मतलब बाहन खोड़ ते केशु ते बदाम में मैं कप्पी के असें दस रही हाँ कि ये किस तरह लगनियां, इस तरह ना लगनियां। तो जल तुस खासो वेरी नाइस हो सन, इसने टेस्ट नाल होनी है, जरूर ट्राई करे तुसों। ते रोज़ा खोल सो बनाया खाया असें जरूर दसिया है। ते वीडियो पसंद आई तो जरूर असें कमेंट करे है। वीडियो तकने ना सुना बहुत बहुत शुक्रिया। नेक्स्ट वीडियो इजाजत दियो। ओके, खुदा हाफिज़।